ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ, ਵਧੀਆ। ਹਾਂਜੀ, ਕੀ ਖਾਣਾ? ਤੇ ਮੈਂ ਲੈ ਕੇ ਆਉਂਦੀ ਸੀ ਅੱਜ ਗੋਲ ਗੱਪੇ, ਤੇ ਜੋਬਨ ਵੀ ਸੁੱਤਾ ਆ, ਪਰ ਮੇਰੇ ਦੇ ਗੋਲ ਗੱਪੇ ਵੱਲ ਵੇਖ ਕੇ ਕੰਟਰੋਲ ਨਹੀਂ ਹੁੰਦੇ। ਮੈਂ ਤਾਂ ਖਾਊਂਗੀ। ਇਹ ਆਪਾਂ ਲਿਆਉਂਦੇ ਸੀ ਗੋਲ ਗੱਪੇ, ਇਹਦੇ ਵਿੱਚ ਮੈਂ ਸੋਚਣ ਡੀ ਸੀ ਉਦੋਂ ਦਾ ਵੀ ਕੁਛ ਮਤਲਬ ਕਿ ਬਣਾਉਣਾ ਪੈਣਾ ਵਾ, ਕਾਂਜੀ ਵਗੈਰਾ ਸਾਰਾ ਕੁਛ। ਪਰ ਉਹ ਜਦੋਂ ਹੁਣ ਮੈਂ ਪੈਕਟ ਖੋਲ੍ਹ ਕੇ ਵੇਖਿਆ ਉਹਨੂੰ ਡੱਬੇ ਨੂੰ, ਤੇ ਇਹਦੇ ਵਿੱਚ ਆਲਰੇਡੀ ਸਾਰਾ ਕੁਛ ਬਣਿਆ ਬਣਾਇਆ ਸੀ। ਇਹ ਨਾਲ ਵਿੱਚ ਬੂੰਦੀ ਮਿਲੀ ਆ ਜਿਹੜੀ ਉਹ 'ਚ ਪਾਈ ਦੀ, ਅਤੇ ਇਹ ਆ ਗੋਲ ਗੱਪੇ। ਇਹਦੇ ਵਿੱਚ ਹੁੰਦੇ ਆ ਕੋਈ 30 ਗੋਲ ਗੱਪੇ ਆ, ਅਤੇ ਆਪਾਂ ਲੱਗੇ ਹਾਂ ਖਾਣ ਅਤੇ ਭੋਣ ਲੱਗੇ ਹਾਂ। ਅਤੇ ਇੱਧਰ ਹੁਣ ਤੇ ਆ ਲਓ, ਲੈ ਕੇ ਚਲੋ ਗੋਲ ਗੱਪੇ। ਓ ਆ ਲੈ ਇੱਧਰ ਆ। ਲਓ ਜੀ, ਆਪਣੇ ਗੋਲ ਗੱਪੇ ਤਾਂ ਪੂਰੇ ਪੂਰੇ ਤਿਆਰ ਹੋ ਗਏ ਆ, ਅਤੇ ਇਹਦੀ ਪੈਕਿੰਗ ਇੱਦਾਂ ਦੀ ਮੈਂ ਸੋਚਿਆ ਖੁੱਲ੍ਹੇ ਹੋਣਗੇ, ਅਤੇ ਉਹ ਬੂੰਦੀ ਰਹਿ ਗਈ। ਹੁਣ ਬੂੰਦੀ ਬਚ ਕੇ ਜਾਂਦੇ ਹਾਂ। ਜੁਬਨ ਆ ਜਾ ਗੋਲ ਗੱਪੇ, ਇੱਧਰ ਚੱਲਣਗੇ ਗੋਲ ਗੱਪੇ। ਸਮੈਲ ਕਿਉਂ ਗੰਦੀ ਆ? ਚਲੋ ਆ ਜਾ ਖਾ ਲਾ ਗੋਲ ਗੱਪੇ। ਗੋਲ ਗੱਪੇ ਮੈਂ ਤਾਂ ਸੁੱਤੀ ਸੀ, ਮੈਨੂੰ ਸੁੱਤੀ ਪਈ ਨੂੰ ਨਾ ਜਾਗ ਲੈ ਚੱਕਣਾ ਸੀ ਇਹਦੇ ਗੋਲ ਗੱਪੇ ਪਏ ਖਾਣ ਵਾਲੇ। ਗੋਲ ਗੱਪੇ ਲੈ ਕੇ ਆਉਂਦੇ ਅੱਜ ਗੋਲ ਗੱਪੇ ਥੋੜੇ ਆ, ਜਿਹੜੇ ਸਾਹਮਣੇ ਅਸੀਂ ਜੀਏ ਨਾ ਉਹ ਸਾਹਮਣੇ ਗੋਲ ਗੱਪੇ ਵਿੱਚ ਥੋੜੇ ਆ, ਮਤਲਬ ਕਿ ਇੰਨੇ ਵੀ ਖਾਣੇ ਆ ਗੋਲ ਗੱਪੇ। ਓ ਮਿਸਟਰ, ਓ ਸਿੰਘ ਕੌਣ ਆਇਆ? ਸ਼ਗੋ ਵਾਲਾ ਭਾਜੀ ਤੁਸੀਂ ਗੋਲ ਗੱਪੇ ਸੂਜੀ ਵਾਲੇ? ਸੂਜੀ ਕਿੱਦਾਂ ਦਾ ਰਿਹਾ ਸਵਾਦ? ਉਹ ਬੂੰਦੀ ਵੀ ਪਾਉਣੀ ਵਿੱਚ ਜੋਬਣ? ਇਹਨਾਂ ਨੂੰ ਨਾ ਇਹਦੇ ਵਿੱਚ ਕਾਂਜੀ ਦੇ ਵਿੱਚ ਪਾਓ, ਬੂੰਦੀ ਉੱਦਾਂ ਨਾ ਪਾਓ, ਇਕੱਲੀ ਇਕੱਲੀ ਥੋੜ੍ਹੀ ਬੂੰਦੀ ਉਹਦੇ ਵਿੱਚ ਪਾ ਲਓ, ਸਾਰੀ ਹਰੀ ਚਾਂ ਦੇ ਵਿੱਚ। ਉਹ ਤੇਰਾ ਭਲਾ ਇਹੋ ਜਿਹੇ ਇਹਨੂੰ ਵੀ ਦੇ ਦਿਓ ਇੱਕ, ਇਹਨੂੰ ਉਹ ਦੂਜਾ ਦੇ ਦਿਓ ਸੌਫਟ ਜਿਹਾ, ਦੰਦ ਦੁਖੂਗਾ ਫਿਰ। ਲਿਆ ਜੁਬਣਾ ਪਲੇਟ ਦੇ, ਮੈਂ ਇਹ 'ਚ ਹੋਰ ਲਿਆਵਾਂ ਪਾ ਕੇ ਗੋਲ ਗੱਪੇ। ਸ਼ਨੀ ਕੀ ਖਾਣ ਡੇ ਜੇ? ਪੈਕਟ ਚੀ ਬਣੀ ਪਈ ਕਾਂਜੀ ਵੀ। ਆ ਗਿਆ ਜੀ, ਲੱਗੇ ਸੀ ਜੋਬਣ ਸਵਾਦ ਆ, ਪਰ ਮਜ਼ਾ ਜਿਹਾ ਆ ਗਿਆ ਇੱਕ ਵਾਰੀ ਸੀ ਸੀ ਕਰੋ ਕੇ, ਹਨਾ। ਪਰ ਮਜ਼ਾ ਤਾਂ ਵੈਸੇ ਉਹੀ ਆਉਂਦਾ ਆ ਖਾਣ ਦਾ ਜਿਹੜੇ ਸਪਾਈਸੀ ਹੁੰਦੇ। ਹਾਂ, ਗੁਰਸ਼ਾਮ ਵੀ ਉਹੀ ਖਾ ਰਿਹਾ, ਕਹਿੰਦਾ ਮੈਨੂੰ ਉਹਨੂੰ ਇਹਦੀ ਕਹਿੰਦਾ ਹਰੀ ਚਟਨੀ, ਉਹਨੂੰ ਕਹਿੰਦਾ ਦਾਲ ਵਾ, ਹੌਲੀ ਹਰੀ ਚਟਨੀ ਨੂੰ ਕਹਿੰਦਾ ਉਹ ਦਾਲ ਵਾ, ਮੈਨੂੰ ਉਹੀ ਦਿਓ ਛੱਡ। ਭਾਈ ਆਪਾਂ ਇੰਡੀਆ ਗਏ ਤਾਂ ਮੈਂ ਦੱਸਦੀ ਇੰਡੀਆ ਗਏ ਇਸ ਵਾਰ ਜਦੋਂ ਆਪਾਂ, ਹਾਂ ਹੁਣ ਪੀਤੋ ਦੇ ਵਿਆਹ 'ਤੇ, ਵਿਆਹ 'ਤੇ ਗਏ ਅਤੇ ਇਹਨੂੰ ਗੋਲ ਗੱਪਿਆਂ ਦਾ ਪਤਾ ਲੱਗ ਗਿਆ ਵੀ ਖਾਣੇ ਆ। ਓਹੋ, ਇਹਨੇ ਉੱਥੇ ਗੋਲ ਗੱਪਿਆਂ ਰੇਟ 'ਤੇ ਖਲੋ ਜਾਣਾ। ਮੈਂ ਮੰਮੀ ਨੇ ਹੋਣਾ ਨਾਲ, ਸਾਡੀ ਇਹਦੀ ਭੂਈ ਦੀ ਕੁੜੀ ਨੇ ਹੋਣਾ,
ਸ਼ਾਮ ਨੂੰ ਇਹਨੇ ਆਖਣਾ ਕਿ ਬਸ ਮੈਂ ਗੋਲ ਗੱਪੇ ਖਾਣੇ ਇਹਨੇ ਪਤਾ ਕਿੰਨੇ ਕਿੰਨੇ ਗੋਲ ਗੱਪੇ ਖਾਏ ਨੇ ਦਸ ਦਸ ਗੋਲ ਗੱਪੇ ਫਿੱਕੇ ਹੀ ਇੱਦਾਂ ਹੀ ਖਾਈ ਜਾਣੇ ਖੜੋਤੇ ਨੇ ਉਹਨੂੰ ਹਜੇ 3 ਸਾਲ ਦਾ ਸੀ ਤੇ ਆ ਲੈ ਪਾਣੀ ਲੈ ਵਿੱਚੇ ਪਾਣੀ ਚੱਲਣ ਦਾ ਲਓ ਜੀ ਆਪਾਂ ਗੋਲ ਗੱਪਿਆਂ ਦਾ ਕੰਮ ਕਰਤਾ ਉਹ ਜਿਹੜੇ ਅਸੀਂ ਘਰ ਬਣਾਈ ਸੀ ਉਹ ਫਿਰ ਬਚ ਗਏ ਹੁਣ ਗੁਰਸ਼ਾਨ ਲੱਗਾ ਉਹਨਾਂ ਨੂੰ ਇੱਕ ਇੱਕ ਕਰਕੇ ਖਾਣ ਅਤੇ ਉੱਧਰ ਬੈਠਾ ਆ ਉਹ ਅਤੇ ਖਾਣ ਡਿਆ ਆ ਆਪਾਂ ਦਾਦੀ ਹੋ ਗਈ ਹੈ ਬਸ ਗੋਲ ਗੱਪਿਆਂ ਦੀ ਅਜੇ ਵੀ ਹੋਰ ਅਜੇ ਵੀ ਹੋਰ ਖਾਣੇ ਗੋਲ ਗੱਪੇ ਮੈਂ ਇਕੱਲਾ ਹੀ ਖਾਊ ਅਤੇ ਬਸ ਬਸ ਹੋ ਗਈ ਵੈਸੇ ਵਧੀਆ ਲੱਗਿਆ ਖਾ ਕੇ ਮੂੰਹ ਦਾ ਸਵਾਦ ਜਿਹੜਾ ਚੇਂਜ ਹੋ ਗਿਆ ਬਹੁਤ ਦਿਨਾਂ ਦਾ ਸੀ ਖਾਈਏ ਖਾਈਏ ਗੋਲ ਗੱਪੇ ਅਤੇ ਅੱਜ ਹੋ ਗਿਆ ਕੰਮ ਤਮਾਮ ਵੈਸੇ ਮੈਂ ਨਾ ਉਹਦੇ ਸੋਚਦੀ ਸੀ ਵੀ ਇਹਨਾਂ ਨੂੰ ਕਾਂਜੀ ਬਣਾਊਂਗੀ ਕਈ ਕੁਛ ਕਰੂੰਗੀ ਫਿਰ ਪਰ ਜਦੋਂ ਮੈਂ ਵੇਖਿਆ ਉਦੋਂ ਮੈਨੂੰ ਵਧੀਆ ਲੱਗਾ ਵੀ ਹਾਂ ਸਭ ਕੁਛ ਬਣਿਆ ਬਣਾਇਆ ਵਾ ਬਸ ਖਾਣੇ ਹੀ ਆ ਖਾਣੇ ਹੀ ਆ ਬਸ ਅਤੇ ਹੁਣ ਆਪਾਂ ਖਾ ਪੀ ਲਿਆ ਆ ਨਜ਼ਾਰੇ ਹੀ ਪੂਰੇ ਲੱਗੇ ਅਤੇ ਜਿਹੜੇ ਇੱਕ ਦੋ ਬੱਚੇ ਆ ਹੁਣ ਗੁਰਸ਼ਾਨ ਖਾਣ ਡਿਆ ਵਾ ਉਹਨੇ ਫਿੱਕੇ ਖਾਣੇ ਹੁੰਦੇ ਆ ਸਿੰਪਲੀ ਕੁਛ ਨਹੀਂ ਵਿੱਚ ਪਾਉਣਾ ਅਤੇ ਤਰਨ ਚੱਲ ਗਏ ਕੰਮ 'ਤੇ ਸ਼ਾਮ ਦੇ ਅਤੇ ਜੋਗਨ ਗਿਆ ਵਾ ਕਮਰੇ 'ਚ ਆਪਣੇ 'ਚ ਆਪਾਂ ਹੁਣ ਚੱਕਾਂਗੇ ਸਾਨੂੰ ਸਮਾਨ ਜਿਹੜਾ ਵੀ ਹੁਣ ਸਾਰਾ ਟੇਬਲ ਭਰਿਆ ਪਿਆ ਵਾ ਚੱਕੀਏ ਅਤੇ ਉਹਨਾਂ ਨੂੰ ਸਾਂਭੀਏ ਹੁਣ ਚਲੋ ਜੀ ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਇਹ ਹੀ ਸਾਡੇ ਈਵਨਿੰਗ ਦੇ ਗੋਲਗੱਪੇ